ਬੜੋ ਪੰਜਾਬ ਦੀਆਂ ਬਣਾਈਆਂ ਅਸੀਂ ਇਹਨਾਂ ਨੂੰ ਬਿਲਕੁਲ ਵਿਜ਼ਿਟ ਅੱਜ ਤੱਕ ਨਾ ਪਾਉਣ ਦਿੱਤੀ ਹੈ ਔਰ ਨਾ ਅਸੀਂ ਪਾਉਣ ਦੇਣੀ ਹੈ। ਇਹ ਸਾਡਾ ਫੈਸਲਾ ਹੈ ਕਿ ਜਿੰਨੀ ਦੇਰ ਤੱਕ ਅਸੀਂ ਤੁਹਾਡਾ ਕੋਈ ਗੈਰ ਵਿਦਿਕ ਕੰਮ ਨਹੀਂ ਕਰਨਾ, ਕੋਈ ਤੁਹਾਡਾ ਈ ਪੰਜਾਬ ਤੇ ਅਸੀਂ ਡਾਟਾ ਨਹੀਂ ਚੜਾਉਣਾ, ਕੋਈ ਕਿਸੇ ਤਰ੍ਹਾਂ ਦੀਆਂ ਟਾਕਾਂ ਜਿਹੜੀਆਂ ਅਸੀਂ ਤੁਹਾਨੂੰ ਨਹੀਂ ਦੇਣੀਆਂ। ਅਤੇ ਆਪਕੋ ਜਿੱਥੇ ਕਿਤੇ ਕੋਈ ਥੋੜਾ ਬਹੁਤਾ 1-2% ਚੱਲ ਰਿਹਾ, ਮੇਰੀ ਉਹਨਾਂ ਨੂੰ ਵੀ ਬੇਨਤੀ ਹੈ ਕਿ ਮੇਰੀ ਇਸ ਵੀਡੀਓ ਨੂੰ ਸ਼ੇਅਰ ਕਰੋ, ਹਰੇਕ ਅਧਿਆਪਕ ਤੱਕ ਪਹੁੰਚੇ। ਅਸੀਂ ਹਰੇਕ ਅਧਿਆਪਕ ਦੇ ਨਾਲ ਕੰਧ ਬਣ ਕੇ ਖੜੇ ਹਾਂ, ਚਟਾਨ ਵਾਂਗ ਖੜੇ ਹਾਂ, ਕਿਸੇ ਦਾ ਕੋਈ ਨੁਕਸਾਨ ਨਹੀਂ ਹੋਣ ਦਿੰਦੇ। ਔਰ ਇਹ ਲੜਾਈ ਜਿਹੜੀ ਹੈਗੀ ਅਸੀਂ ਤੁਹਾਡੀ ਲੜਾਈ ਲੜ ਰਹੇ ਹਾਂ। ਔਰ ਮੇਰੀ ਬੇਨਤੀ ਹੈ ਸਾਰੇ ਅਧਿਆਪਕਾਂ ਨੂੰ ਡਟ ਜਾਓ। ਇੱਕ ਇਹਨਾਂ ਨੇ ਬਾਇਓਮੈਟ੍ਰਿਕ ਮਸ਼ੀਨਾਂ ਭੇਜੀਆਂ ਨੇ, ਆ ਹੁਣੇ ਮੈਨੂੰ ਫਾਜ਼ਿਲਕਾ ਦੇ ਵਿੱਚੋਂ ਇੱਕ ਸਾਥੀ ਨੇ ਭੇਜਿਆ ਸੀਗਾ, ਉਹਨਾਂ ਨੇ ਡੀਓ ਨੂੰ ਪੁੱਛਿਆ ਕਿ ਅਸੀਂ ਬਾਇਓਮੈਟ੍ਰਿਕ ਮਸ਼ੀਨਾਂ ਕਾਹਦੇ ਨਾਲ ਚਲਾਈਏ, ਸਾਡੇ ਤਾਂ ਸਕੂਲ ਚ ਨੈਟ ਹੈ ਨੀਗਾ। ਕਹਿੰਦੇ ਤੁਹਾਨੂੰ 250 ਰੁਪਇਆ ਅਸੀਂ ਭੱਤਾ ਦਿੰਦੇ ਹਾਂ, ਮੋਬਾਈਲ ਭੱਤਾ 250 ਰੁਪਇਆ ਤੁਸੀਂ ਸਾਨੂੰ ਭੱਤਾ ਦਿੰਦੇ ਹੋ, ਠੀਕ ਹੈ ਅਸੀਂ ਮੰਨਦੇ ਹਾਂ ਕਿ ਤੁਸੀਂ ਭੱਤਾ ਦਿੰਦੇ ਹੋ, ਪਰ ਉਹ ਸਾਨੂੰ ਫੋਨ ਕਾਲਿੰਗ ਦਾ ਦਿੰਦੇ ਹੋ, ਤੁਸੀਂ ਸਾਨੂੰ ਨੈਟ ਪੈਕ ਨਹੀਂ ਦਿੱਤਾ ਹੋਇਆ ਕੋਈ। ਦੂਸਰੇ ਨੰਬਰ ਤੇ ਮਸ਼ੀਨ ਮੋਬਾਈਲ ਦੇ ਨਾਲ ਅਟੈਚ ਹੋ ਕੇ ਚੱਲਣੀ ਹੈ, ਐਂਡਰਾਇਡ ਮੋਬਾਈਲ ਚਾਹੀਦਾ, ਉਹ ਵੀ ਤੁਸੀਂ ਸਾਨੂੰ ਲੈ ਕੇ ਨਹੀਂ ਦਿੱਤਾ ਹੋਇਆ ਕਿ ਜਿਹਦੇ ਨਾਲ ਅਸੀਂ ਮਸ਼ੀਨ ਅਟੈਚ ਕਰਕੇ ਜਿਹੜੀ ਆਪਣੀ ਆਨਲਾਈਨ ਹਾਜ਼ਰੀ ਜਿਹੜੀ ਹੈਗੀ ਹੈ ਲਗਾ ਸਕਾਂਗੇ। ਤੁਹਾਨੂੰ ਬੇਨਤੀ ਹੈ ਕਿ ਜੇ ਸਿਸਟਮ ਚਲਾਉਣਾ ਤੁਸੀਂ ਜਦੋਂ ਮਰਜ਼ੀ ਸਾਨੂੰ ਚੈੱਕ ਕਰੋ, ਔਰ ਜੇਕਰ ਸਿਸਟਮ ਨੂੰ ਤੁਸੀਂ ਵਾਕਈ ਚਲਾਉਣਾ ਬਾਇਓਮੈਟ੍ਰਿਕ ਨੂੰ, ਤਾਂ ਇਹਨੂੰ ਪੂਰੇ ਵਧੀਆ ਤਰੀਕੇ ਦੇ ਨਾਲ ਲੈ ਕੇ ਆਓ। ਨੈਟ ਦੀ ਸਹੂਲਤ ਉਹਨਾਂ ਸਕੂਲਾਂ ਦੇ ਵਿੱਚ ਦਿਓ, ਉੱਥੇ ਉਹਨਾਂ ਨੂੰ ਜਿਹੜਾ ਹੈਗਾ ਪ੍ਰੋਪਰ ਸਿਸਟਮ ਦਿਓ, ਇੱਕ ਛੋਟੀ ਜਿਹੀ ਡੱਬੀ ਦੇਣ ਨਾਲ ਗੁੱਠੇ ਲਾਉਣ ਵਾਲੀ, ਤੁਹਾਡਾ ਜਿਹੜਾ ਹੈਗਾ ਬਾਇਓਮੈਟ੍ਰਿਕ ਨਹੀਂ ਚੱਲ ਪੈਣਾ। ਮੈਨੂੰ ਪਤਾ ਇਹਦੇ ਵਿੱਚ ਵੀ ਬਹੁਤ ਵੱਡਾ ਕਪੜਾ ਹੋਇਆ, ਜਦੋਂ ਕਿਤੇ ਖੁੱਲੂਗਾ ਤਾਂ ਕਰੋੜਾਂ ਰੁਪਏ ਦਾ ਕਪੜਾ ਸਾਹਮਣੇ ਆਉਣਾ ਕਿ ਕਿੰਨੇ ਕਿੰਨੇ ਪੈਸੇ ਸਰਕਾਰ ਨੇ ਵਿਭਾਗ ਨੇ ਇਹਦੇ ਵਿੱਚੋਂ ਖਾਧੇ ਆ। ਔਰ ਬਾਇਓਮੈਟ੍ਰਿਕ ਦੇ ਨਾਂ ਤੇ ਕੀ ਕੁਛ ਤੁਸੀਂ ਕੀਤਾ। ਬਾਇਓਮੈਟ੍ਰਿਕ ਜੇਕਰ ਚਲਾਉਣਾ, ਜਿੰਨੀ ਦੇਰ ਤੱਕ ਤੁਸੀਂ ਨੈਟ ਨਹੀਂ ਦਿੰਦੇ, ਐਂਡਰਾਇਡ ਮੋਬਾਈਲ ਨਹੀਂ ਦਿੰਦੇ, ਸਾਰਾ ਸਿਸਟਮ ਨਹੀਂ ਦਿੰਦੇ, ਉਨੀ ਦੇਰ ਤੱਕ ਤੁਹਾਡੀ ਬਾਇਓਮੈਟ੍ਰਿਕ ਇਸ ਸਕੂਲਾਂ ਦੇ ਵਿੱਚ ਨਾ ਚੱਲਣੀ ਹੈ, ਨਾ ਅਸੀਂ ਚਲਾਉਣੀ ਹੈ, ਤੁਹਾਨੂੰ ਸਾਫ਼ ਤੇ ਸਪਸ਼ਟ ਹੈ। ਔਰ ਇਸ ਕਰਕੇ ਮੈਂ ਬੇਨਤੀ ਕਰਾਂਗਾ ਸਮੂਹ ਅਧਿਆਪਕਾਂ ਨੂੰ ਕਿ ਸਾਥੀਓ ਤਕੜੇ ਹੋ ਜਾਓ, ਡਟ ਜਾਓ, ਮਾਹੌਲ ਬਣ ਚੁੱਕਿਆ। 9 ਤਰੀਕ ਨੂੰ ਮੀਟਿੰਗ ਹੈ ਸਾਡੀ ਸਰਕਾਰ ਦੇ ਨਾਲ, ਔਰ ਸਾਨੂੰ ਆਸ ਹੈ ਕਿ ਸਰਕਾਰ ਸਿਰਤਾ ਦੇ ਨਾਲ 9 ਤਰੀਕ ਨੂੰ ਕੋਈ ਵਧੀਆ ਜਿਹੜੇ ਫੈਸਲੇ ਹੈਗੇ ਆ ਉੱਥੋਂ ਲੈ ਕੇ ਸਾਨੂੰ ਸਾਡੇ ਸਕੂਲਾਂ ਦੇ ਵਿੱਚ ਭੇਜੂਗੀ, ਔਰ ਅਸੀਂ ਆਪਣੇ ਜਿਹੜੇ ਕੱਚੇ ਅਧਿਆਪਕ ਨੇ ਉਹਨਾਂ ਵਾਸਤੇ ਕੋਈ ਚੰਗੀ ਖਬਰ ਲੈ ਕੇ ਆਵਾਂਗੇ। ਅਸੀਂ ਆਪਣੇ ਬੱਚਿਆਂ ਵਾਸਤੇ ਚੰਗੀ ਖਬਰ ਲੈ ਕੇ ਆਵਾਂਗੇ। ਜਿਹੜੇ ਅਧਿਆਪਕਾਂ ਦਾ ਉਜਾੜਾ 7-3 ਸਾਲਾ ਨੀਤੀ ਕਰ ਰਹੀ ਹੈ ਉਹਨੂੰ ਅਸੀਂ ਟੋਟਲੀ ਰੱਦ ਕਰਵਾ ਕੇ ਲਿਆਵਾਂਗੇ। ਸੁਣਨ ਦੇ ਵਿੱਚ ਆ ਰਿਹਾ 14 ਸਾਲ ਕਰ ਦਿੰਦੇ ਆ, 9 ਸਾਲ ਕਰ ਦਿੰਦੇ ਆ, ਅਸੀਂ ਕੋਈ ਚੋਰ ਮੋਰੀ ਨਹੀਂ ਰਹਿਣ ਦੇਣੀ ਕਿ ਜਿਹਦੇ ਤਹਿਤ ਤੁਸੀਂ ਲੋਕਾਂ ਤੋਂ ਪੈਸਾ ਲੈ ਸਕੋ। ਇਹ ਪੈਸਾ ਲੈਣ ਦੀ ਨੀਤੀ ਆ, ਇਹਦਾ ਅਸੀਂ ਡਟ ਕੇ ਵਿਰੋਧ ਕਰਦੇ ਹਾਂ, ਅਸੀਂ ਇਹਨੂੰ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦਿਆਂਗੇ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ, ਅੱਜ ਤੁਸੀਂ ਪੰਜਾਬ ਦੇ ਵਿੱਚ ਡਟੇ ਹੋਏ ਹੋ। ਉਹ ਸੰਘਰਸ਼ ਉਹ ਹੁੰਦੇ ਆ ਜਿਹੜੇ ਖੜੇ ਮੰਗਦੇ ਰਹਿਣ, ਔਰ ਮੈਨੂੰ ਮਾਣ ਆ, ਮੈਨੂੰ ਖੁਸ਼ੀ ਹੈ ਕਿ ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਨੇ ਜਿਹੜਾ ਸੰਘਰਸ਼ ਸੜਕਾਂ ਤੇ ਸ਼ੁਰੂ ਕੀਤਾ ਸੀ, ਉਹ ਅੱਜ ਸੰਘਰਸ਼ ਸਕੂਲਾਂ ਦੇ ਵਿੱਚ ਵੀ ਚੱਲ ਰਿਹਾ। ਕੱਲਾ ਕੱਲਾ ਅਧਿਆਪਕ ਉਹ ਸੰਘਰਸ਼ ਨੂੰ ਲੜ ਰਿਹਾ, ਔਰ ਇਹ ਸੰਘਰਸ਼ ਅਸੀਂ ਅੰਜਾਮ ਤੱਕ ਲੈ ਕੇ ਜਾਣਾ ਤੇ 22 ਤਰੀਕ ਨੂੰ ਪਟਿਆਲੇ ਦੇ ਵਿੱਚ ਬਹੁਤ ਵੱਡੀ ਰੈਲੀ ਜਿਹੜੀ ਹੈਗੀ ਹੈ ਉਹ ਪੰਜਾਬ ਦੇ ਅਧਿਆਪਕਾਂ ਦੀ ਹੋਣ ਜਾ ਰਹੀ ਹੈ। ਔਰ ਸਾਥੀਓ ਜੇਕਰ 9 ਨੂੰ ਸਰਕਾਰ ਨਹੀਂ ਫੈਸਲਾ ਕਰਦੀ ਤਾਂ 22 ਨੂੰ ਇੱਕ ਸੰਘਰਸ਼ ਲਾਮਿਸਾਲ ਪਟਿਆਲੇ ਦੀ ਧਰਤੀ ਤੇ ਹੋਏਗਾ। ਬਹੁਤ ਸਾਰੇ ਸਾਥੀ ਇਹ ਵੀ ਪੁੱਛਦੇ ਆ ਕਿ ਕੁਝ ਸਾਥੀ 15 ਨੂੰ ਵੀ ਪਟਿਆਲੇ ਕਰ ਰਹੇ ਆ, ਅਸੀਂ ਉਹਨਾਂ ਨੂੰ ਵੀ ਕਹਿੰਦੇ ਹਾਂ ਕਿ ਸੰਘਰਸ਼ ਜਿਹੜਾ ਹੈਗਾ ਠੀਕ ਹੈ ਕੰਟੀਨਿਊ ਚੱਲਣਾ ਚਾਹੀਦਾ, ਉਹਦੇ ਵਿੱਚ ਵੀ ਜਿੰਨੇ ਸਾਥੀ ਜਾਣਾ ਚਾਹੁਣ ਜਾਣ, ਵੱਧ ਚੜ ਕੇ ਸ਼ਮੂਲੀਅਤ ਕਰਨ, ਕਿਉਂਕਿ ਸੋਚ ਵੱਖਰੀ ਹੋ ਸਕਦੀ ਹੈ, ਲੀਡਰਸ਼ਿਪ ਵੱਖਰੀ ਹੋ ਸਕਦੀ ਹੈ, ਪਰ ਸੰਘਰਸ਼ ਜਿਹੜੇ ਹੈਗੇ ਨੇ ਉਹ ਇੱਕੋ ਨਿਸ਼ਾਨੇ ਨੂੰ ਸਿੱਧਤ ਨੇ, ਔਰ ਸਾਰੇ ਡਟ ਕੇ ਇਹਨਾਂ ਸੰਘਰਸ਼ਾਂ ਦੇ ਵਿੱਚ ਸਾਥ ਦਵੋ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।